ਕੀ ਹੋ ਗਿਆ ਦੱਸ ਤਾਂ ਦੋ ਕੀ ਰੌਲਾ ਪੈ ਰਿਹਾ ਸੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਤੇ ਇਹ ਆਪਾਂ ਬਸ ਕਿਹੜੇ ਵਾਲੀ ਫਰੋਕ ਲੈ ਕੇ ਆਣੀ ਕਿਹੜੇ ਕਲਰ ਦੀ ਫਰੋਕ ਲੈ ਕੇ ਆਈਏ ਆਪਾਂ ਚਲੋ ਚਲੀਏ ਫਿਰ ਚਲੋ ਡਾਇਨਾਸੌਰ ਗੁੱਡੂ ਲਊਗਾ ਗਨ ਵੱਡੀ ਵੱਡੀ ਗਨ ਅੱਛਾ ਜੀ ਹੈਨਾ ਠੀਕ ਹੈ ਅੱਛਾ ਠੀਕ ਹੈ ਕੀ ਲੈ ਲਿਆ ਕੀ ਇਹਦੇ ਵਿੱਚ ਹੈਨਾ ਸੱਤ ਗੁਣ ਇੰਨੀ ਖੁਸ਼ ਹੋ ਰਹੀ ਉਹਨੂੰ ਦੇਖ ਦੇਖ ਕੇ ਵੀ ਉਹ ਗੁੰਨੂ ਦੇ ਹੱਥ ਵੀ ਲਾਵੇ ਨਾ ਉਹਦੀ ਫਰੋਕ ਨੂੰ ਤਾਂ ਵੀ ਉਹਨੂੰ ਦੇਖ ਕੇ ਵੀ ਫਰੋਕ ਨੂੰ ਹੱਥ ਲਾਉਂਦੀ ਹੈ ਦੀ ਮੈਨੂੰ ਮੜਾ ਜਾ ਖਾ ਕੇ ਤੇ ਇਸ ਦੇਖ ਲੈ ਨਹੀਂ ਹੈ ਇਹ ਤੇਰਾ ਨਹੀਂ ਹੈ ਚੀਜ਼ ਹੈ ਇਹ ਤਾਂ ਮਿਰਚ ਹੈ ਮਿਰਚ ਹੈ ਹਾਂ ਮੈਂ ਅੱਛਾ ਤੈਨੂੰ ਮਿਰਚ ਹੈ ਜੋ ਵੀ ਮੈਂ ਨਾ ਖਾਵਾਂ ਮਿਰਚ ਹੈ ਗੁੰਨੂ ਦਾ ਪੀਣ ਵਾਲਾ ਕੀ ਹੋ ਗਿਆ ਦੱਸ ਤਾਂ ਦੋ ਕੀ ਰੌਲਾ ਪੈ ਰਿਹਾ ਸੀ ਦੱਸ ਤਾਂ ਦੋ ਫਿਰ ਵੀ ਏਡਾ ਵੀ ਕੀ ਪੜਦਾ ਰੱਖਣਾ ਇੰਨੇ ਕੰਮ ਵਾਲੀਆਂ ਦੇ ਰੌਲੇ ਚੱਲਦੇ ਨੇ ਨਾ ਬਈ ਇੰਨੇ ਜ਼ਿਆਦਾ ਗਾ ਸਭ ਤੋਂ ਬੈਸਟ ਹੈ ਬੰਦਾ ਆਪਣੇ ਹੱਥੀ ਕੰਮ ਜ਼ਿਆਦਾ ਠੀਕ ਰਹਿੰਦਾ ਉਹਨਾਂ ਨੂੰ ਮਤਲਬ ਜਿਹੜੇ ਆਪਣੇ ਪਰਮਾਨੈਂਟ ਹੈ ਉਹ ਤਾਂ ਚਲੋ ਪੁਰਾਣੀ ਤਾਂ ਠੀਕ ਹੀ ਹੈ ਬੱਚਿਆਂ ਲਈ ਜਿੰਨੀਆਂ ਵੀ ਹੁਣ ਤੱਕ ਦੇਖੀਆਂ ਨੇ ਨਾ ਇੱਕ ਨਾਲ ਵੀ ਸੈਟਿੰਗ ਨਹੀਂ ਆਈ ਹੁਣ ਹੁਣ ਇਹ ਕੀ ਕਹਿੰਦੀ ਸੀਗੀ ਕਦੇ ਸਾਡੇ ਕੋਈ ਬਿਮਾਰ ਹੈ ਕਦੇ ਪਹਿਲਾਂ ਐਡਵਾਂਸ ਪੈਸੇ ਦੇ ਦੋ ਐ ਕਰ ਦੋ ਹਾਂ ਨਹੀਂ ਤਾਂ ਆਪੇ ਕਰ ਲੋ ਚੱਲ ਫਿਰ ਇਹ ਤੁਹਾਨੂੰ ਇਹ ਲੈਸਨ ਮਿਲਣਾ ਨਹੀਂ ਸੀ ਨਾ ਇਹ ਤੋਂ ਬਾਅਦ ਹੀ ਇਹ ਸਾਰੇ ਪ੍ਰੋਸੈਸ ਹੋਣ ਤੋਂ ਬਾਅਦ ਤੁਹਾਨੂੰ ਆਹ ਲੈਸਨ ਮਿਲਣਾ ਸੀ ਵੀ ਆਪ ਕਰਕੇ ਹੀ ਫਾਇਦਾ ਕਲੀਨਿਕ ਖੋਲਣਾ ਸੀ ਆਪਦਾ ਵੀ ਅੱਗੇ ਸਾਹਮਣੇ ਕੋਈ ਮਿਲ ਜਾਵੇ ਸੌਖਾ
ਐਦਾਂ ਇਹਦੇ ਬਰਥਡੇ ਵਾਲੇ ਦਿਨ ਦਿਖਾਇਆ ਉਹਨੇ ਕਿਹੜਾ ਬੱਚਾ ਦਿਖਾਇਆ ਹੁਣ ਦਿਖਾ ਦੇਖ ਲਈ ਉਹਨੂੰ ਪਾ ਕੇ ਵੀ ਦੇਖ ਲਈ ਹਾਂ ਉਹ ਸੋਹਣੀ ਲੱਗ ਰਹੀ ਹੈ ਮੇਰਾ ਮਨ ਤਾਂ ਪੀਚ ਕਲਰ ਦਾ ਲੈਣ ਦਾ ਹੀ ਸੀਗਾ ਟੱਪਦੀ ਮੈਂ ਪਿੱਛੇ ਰਹਿ ਗਈ ਓਹੋ ਕਾਉ ਵੀ ਆ ਗਈ ਸੀ ਕੋਈ ਚੱਕਰ ਨੀ ਇਹਨਾਂ ਸਬਜ਼ੀ ਚ ਮਿਰਚ ਹੈ ਕਿ ਨਹੀਂ ਹੈ ਇੱਕ ਵਾਰ ਇਹਨੂੰ ਖਵਾ ਕੇ ਦਿਖਾ ਲਓ ਸਤਗੁਰੂ ਨੂੰ ਜੇ ਖਾ ਲਈ ਨੇ ਫਿਰ ਰੋਊਗੀ ਦੇਖੀ ਜਾਊਗੀ ਉਹਦੀ ਉਹੀ ਫੜਦੀ ਹੈ ਖਾਣੀ ਸੀ ਮਿਰਚ ਖਾਣੀ ਹੈ ਹਾਏ 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 ਬਾਏ ਸਤਗੁਰ ਹਾਂ ਹਰ ਬੰਦਾ ਚਾਹੁੰਦਾ ਮੈਂ ਅਮੀਰ ਹੋਵਾਂ ਅਮੀਰ ਦਾ ਮਤਲਬ ਇਹ ਨੀ ਹੈਗਾ ਵੀ ਅਮੀਰੀ ਗਰੀਬੀ ਦਾ ਮਤਲਬ ਇਹ ਨੀ ਵੀ ਉਹਦੇ ਕੋਲ ਜਿਆਦਾ ਪੈਸੇ ਆ ਜਾਂ ਉਹ ਕਿਸੇ ਵੀ ਪੱਖ ਤੋਂ ਆਪਣੇ ਇੱਕ ਪੱਖ ਤੋਂ ਜੱਜ ਕਰਿਆ ਜਾਂਦਾ ਵੀ ਬੰਦਾ ਅਮੀਰ ਹੈ ਜੇ ਉਹਦੇ ਕੋਲ ਜਿਆਦਾ ਪੈਸੇ ਆ ਜਿਹੜਾ ਆਪਣੀ ਲਾਈਫ ਪੂਰੀ ਐਨ ਖੁਸ਼ੀ ਖੁਸ਼ੀ ਜੀ ਰਿਹਾ ਉਹ ਵੀ ਅਮੀਰ ਹੈ ਜਿਹਦੇ ਕੋਲ ਪੈਸਾ ਪਰ ਉਹ ਖੁਸ਼ ਨਹੀਂ ਰਹਿ ਰਿਹਾ ਤਾਂ ਮਤਲਬ ਉਹ ਅਮੀਰ ਨਹੀਂ ਹੈਗਾ ਤਾਂ ਅਮੀਰ ਦੀ ਪਹਿਲਾਂ ਤਾਂ ਡੈਫੀਨੇਸ਼ਨ ਹੀ ਆਪਾਂ ਨੂੰ ਕਲੀਅਰ ਨਹੀਂ ਹੁੰਦੀ ਤੇ ਚਲੋ ਇਹਨੂੰ ਛੱਡੋ ਮਤਲਬ ਜਿਹੜਾ ਹਰ ਪੱਖ ਤੋਂ ਆਪਣੀ ਲਾਈਫ ਚ ਬੰਦਾ ਸੈਟੀਸਫਾਈਡ ਆ ਖੁਸ਼ ਆ ਉਹ ਸਕਸੈਸਫੁਲ ਆਪਣੀ ਲਾਈਫ ਚ ਬੇਸਿਕਲੀ ਤਾਂ ਇਹ ਤਿੰਨ ਚਾਰ ਕੁ ਗੱਲਾਂ ਹੀ ਨੇ ਸਕਸੈਸਫੁਲ ਹੋਣ ਲਈ ਬੰਦੇ ਦੇ ਇੱਕ ਤਾਂ ਜਿਹੜਾ ਉਹ ਕੰਮ ਕਰ ਰਿਹਾ ਉਹਦਾ ਉਹ ਚ ਮਨ ਹੋਣਾ ਚਾਹੀਦਾ ਧੱਕੇ ਨਾਲ ਉਹ ਕੰਮ ਨਾ ਕਰ ਰਿਹਾ ਹੋਵੇ ਤੇ ਹਾਂ ਕੀ ਗੱਲ ਕਰ ਰਹੇ ਸੀ ਕੋਈ ਵੀ ਬੰਦਾ ਯਾਰ ਕਿਸੇ ਵੀ ਉਹ ਜਿਹੜਾ ਸਕਸੈਸਫੁਲ ਨਹੀਂ ਹੋ ਰਿਹਾ ਉਹਦੇ ਲਾਈਫ 'ਚ ਪ੍ਰੋਬਲਮਸ ਚੱਲਦੀਆਂ ਨੇ ਜਾਂ ਕੁਛ ਵੀ ਹੈ ਤਾਂ ਉਹਨੂੰ ਨਾ ਮੇਨ ਤਿੰਨ ਫੰਡੇ ਕਲੀਅਰ ਹੋਣੇ ਚਾਹੀਦੇ ਨੇ ਇੱਕ ਤਾਂ ਜਿਹੜਾ ਉਹ ਕੰਮ ਕਰ ਰਿਹਾ ਉਹ 'ਚ ਉਹਦਾ ਪੂਰਾ ਮਨ ਲੱਗ ਰਿਹਾ ਹੋਵੇ ਜੇ ਉੱਤੋਂ ਧੱਕੇ ਨਾਲ ਉਹ ਕੰਮ ਕਰ ਰਿਹਾ ਨਾ ਉਹ 'ਚ ਉਹ ਕਾਮਯਾਬ ਨਹੀਂ ਹੋ ਸਕਦਾ ਜਾਂ ਤਾਂ ਉਹਨੂੰ ਉਹ ਪੂਰਾ ਮਨ ਲੱਗ ਗਿਆ ਉਹ ਕੰਮ ਕਰਨਾ ਪਊਗਾ ਜੇ ਉਹਦਾ ਉਹ ਕੰਮ 'ਚ ਮਨ ਨਹੀਂ ਲੱਗ ਰਿਹਾ ਜਿਹੜੇ ਕੰਮ 'ਚ ਮਨ ਲੱਗ ਰਿਹਾ ਤਾਂ ਫਿਰ ਉਹ ਕਰਨਾ ਚਾਹੀਦਾ ਜੇ ਉਹਦੀ ਮਜਬੂਰੀ ਆ ਉਹ ਕੰਮ ਕਰਨ ਦੀ ਆਪਸ਼ਨ ਨਹੀਂ ਹੈਗੀ ਕੋਈ ਹੋਰ ਕੰਮ ਲਈ ਤਾਂ ਉਹਨੂੰ ਉਹ 'ਚ ਹੀ ਪੂਰਾ ਉਤਰਨਾ ਪਊਗਾ ਉਹ 'ਚ ਹੀ 100% ਦੇਣਾ ਪਊਗਾ ਤੇ ਜਿੱਥੇ ਵੀ ਆਪਾਂ ਜੋ ਵੀ ਕੰਮ ਕਰ ਰਹੇ ਹਾਂ ਮੈਂ ਇੱਕ ਗੱਲ ਇਹੀ ਚੀਜ਼ਾਂ ਥੋੜ੍ਹੀਆਂ ਫਿਗਰ ਆਊਟ ਕੀਤੀਆਂ ਲਾਈਫ 'ਚੋਂ ਜਿਹੜਾ ਆਪਾਂ ਕੰਮ ਕਰ ਰਹੇ ਹਾਂ ਜੇ ਆਪਾਂ ਨੂੰ ਕੋਈ ਕੰਮ ਕਰਨ ਲਈ ਮਿਲਿਆ ਤਾਂ ਉਹ 'ਚ ਆਪਾਂ ਨੂੰ ਆਪਣਾ ਮਤਲਬ ਜੇ 100 ਰੁਪਏ ਦਾ ਕੰਮ ਹੈ ਤਾਂ ਉਹ 'ਚੋਂ ਦੁੱਗਣੇ ਤਿੱਗਣੇ ਰੁਪਏ ਦਾ ਉਹਨੂੰ ਆਊਟਪੁੱਟ ਕੱਢ ਕੇ ਦੇਣੀ ਚਾਹੀਦੀ ਹੈ ਤਾਂ ਉਹ ਆਪਣੇ ਕੰਮ ਨੂੰ ਹੋਰ ਲੋਕਾਂ ਨੂੰ ਵੀ ਰਿਕਮੈਂਡ ਕਰੂਗਾ ਤਾਂ ਹੀ ਆਪਾਂ ਹੋਰ ਜ਼ਿਆਦਾ ਤਰੱਕੀ ਕਰਾਂਗੇ ਜੇ ਆਪਾਂ ਵਧਣਾ ਚਾਹੁੰਦੇ ਹਾਂ ਕੰਮ 'ਚ ਜੇ ਉੱਥੇ ਹੀ ਜਿਹੜੇ ਲੈਵਲ 'ਤੇ ਹੈਗੇ ਉਹਨਾਂ ਕੀ ਕਰਨਾ ਚਾਹੁੰਦੇ ਹਾਂ ਅੱਗੇ ਗਰੋ ਨਹੀਂ ਕਰਨਾ ਚਾਹੁੰਦੇ ਤਾਂ ਫਿਰ ਤਾਂ ਕਰੀ ਚੱਲੋ ਜਿੱਦਾਂ ਵੀ ਹੈ ਪਹਿਲੇ ਨੰਬਰ 'ਤੇ ਤਾਂ ਪਹਿਲਾ ਪੁਆਇੰਟ 'ਚ ਇਹੀ ਆ ਗਿਆ ਵੀ ਜਿਹੜਾ ਕੰਮ ਕਰ ਰਹੇ ਹੋ 'ਚ ਆਪਣਾ ਆਪਣਾ ਪੂਰਾ 100% ਦੇਣਾ ਚਾਹੀਦਾ ਅਤੇ ਜੇ ਮਨ ਹੈ ਤਾਂ ਹੀ ਉਹ ਕਰੋ ਜੇ ਧੱਕੇ ਨਾਲ ਉਤਲੇ ਮਨੋ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਉਹ 'ਚ ਕਦੇ ਵੀ ਕਾਮਯਾਬੀ ਨਹੀਂ ਮਿਲੂਗੀ ਦੂਜੇ ਨੰਬਰ 'ਤੇ ਪੈਸੇ ਪਿੱਛੇ ਨਹੀਂ ਭੱਜਣਾ ਚਾਹੀਦਾ ਹਰ ਟਾਈਮ ਪੈਸਾ 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 ਨਹੀਂ ਕਰਨਾ ਚਾਹੀਦਾ ਉਹ ਚੀਜ਼ ਆਪੇ ਆਪ ਹੀ ਤੁਹਾਡੇ ਕੋਲ ਆਜੂਗੀ ਜੇ ਤੁਸੀਂ ਆਪਣਾ 100% ਦਿਓਗੇ ਧੱਕੇ ਨਾਲ ਹੀ ਤੁਹਾਨੂੰ ਪੈਸਾ ਤੁਹਾਡੇ ਫਿਰ ਪਿੱਛੇ ਭੱਜੂਗਾ ਹਰ ਟਾਈਮ ਐਂ ਨਹੀਂ ਸੋਚ ਮੈਂ ਅਮੀਰ ਕਿਵੇਂ ਹੋਵਾਂ ਅਮੀਰ ਕਿਵੇਂ ਹੋਵਾਂ ਜੇ ਇਹੀ ਦਿਮਾਗ 'ਚ ਚੱਲਦਾ ਰਹੂ ਐਂ ਸੋਚਦੇ ਰਹੂਗੇ ਕਿਵੇਂ ਕਮਾਵਾਂ ਕਿਵੇਂ ਵਧਾਵਾਂ ਕਦੇ ਨਹੀਂ ਤੁਹਾਡੇ ਕੋਲ ਆਉਣਾ ਬਸ ਪਹਿਲਾ ਜਿਹੜਾ ਪੁਆਇੰਟ ਹੈ ਉਹ 'ਤੇ ਹੀ ਕੰਮ ਕਰੋਗੇ ਤਾਂ ਆਹ ਦੂਜੇ ਨੰਬਰ ਵਾਲਾ ਪੈਸੇ ਵਾਲਾ ਪੁਆਇੰਟ ਤੁਹਾਡੇ ਕੋਲ ਆਪੇ ਆਪ ਆਜੂਗਾ ਅਤੇ ਤੀਜੇ ਨੰਬਰ 'ਤੇ ਲੋਕਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਚਾਹੀਦਾ ਗਰੀਬੀ 'ਚ ਹੋਊਗਾ ਕਿਸੇ ਵੀ ਐਂਗਲ ਦੀ ਗਰੀਬੀ 'ਚ ਹੋਵੇ ਜਿਹੜਾ ਲੋਕਾਂ ਦੀਆਂ ਗੱਲਾਂ 'ਚ ਸੁਣ ਸੁਣ ਕੇ ਚੱਲ ਰਿਹਾ ਹੋਊਗਾ ਨਾ ਪੇੜ ਚੱਲ ਵਾਲਾ ਕੰਮ ਕਰ ਰਿਹਾ ਹੋਊਗਾ ਉਹ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਆਪਦਾ ਆਪ ਡਿਸੀਜ਼ਨ ਲੈਣੇ ਸਿੱਖੋ ਕਿਸੇ ਨੇ ਕਹਿਤਾ ਚਾਰ ਬੰਦੇ ਉੱਥੇ ਖੜ ਕੇ ਕੋਈ ਗੱਲ ਕਰ ਰਹੇ ਹਾਂ ਇਹ ਤਾਂ ਚੰਗਾ ਨਹੀਂ ਜੀ ਇਹ ਤਾਂ ਮਾੜਾ ਜੀ ਇਹ ਤਾਂ ਐਂ ਜੀ ਉਹ ਤਾਂ ਐਂ ਜੀ ਜਿਹੜੇ ਉਹ ਗੱਲਾਂ 'ਚ ਸੁਣ ਕੇ ਪੈ ਗਏ ਬਸ ਉਹ ਵੀ ਰੁਲੇ ਜਾਂਦੇ ਨੇ ਅਤੇ ਆਪਦੇ ਆਪ ਆਪਦੇ ਮਨ ਤੋਂ ਸੋਚੋ ਜੋ ਤੁਹਾਨੂੰ ਸਹੀ ਲੱਗਦਾ ਜੋ ਠੀਕ ਹੈ ਉਹੀ ਕਰੋ ਲੋਕ ਤਾਂ ਬਹੁਤ ਕੁਛ ਕਹਿੰਦੇ ਨੇ ਹਮੇਸ਼ਾ ਉਹਨਾਂ ਨੂੰ ਦੇਖ ਦੇਖ ਕੇ ਚੱਲਣ ਲੱਗ ਜਾਓਗੇ ਤਾਂ ਕਦੇ ਕੁਛ ਨਹੀਂ ਬਣੂਗਾ ਅਤੇ ਬਸ ਆਹ ਤਿੰਨ ਚਾਰ ਕੁ ਗੱਲਾਂ ਨੇ ਆਪਦੇ ਕੰਮ 'ਤੇ ਹੀ ਫੋਕਸ ਰੱਖੋ ਪਹਿਲਾ ਹੀ ਪੁਆਇੰਟ ਜਿਹਨੇ ਫੜ ਲਿਆ ਬਸ ਉਹਨੂੰ ਅਗਲੀਆਂ ਪੁਆਇੰਟ ਆਪੇ ਆਪ ਸਮਝ ਆ ਜਾਣਗੇ ਅਤੇ ਚਲੋ ਬਾਕੀ ਕਰਦੇ ਹਾਂ ਅੱਜ ਦੀ ਵੀਡੀਓ ਨੂੰ ਇੱਥੇ ਐਂਡ 'ਤੇ ਮਿਲਦੇ ਹੁਣ ਕੱਲ੍ਹ ਨੂੰ ਬਰਥਡੇ ਵਲੌਗ 'ਚ ਓਕੇ ਫਿਰ ਬਾਏ।